ਹਾਰਟ ਅਟੈਕ ਕਿਉਂ ਆਉਂਦਾ ਜੀ ਡਾਕਟਰ ਸਾਹਿਬ? ਉਹਦੇ ਨਾਲ ਹੀ ਦਿਲ ਦਾ ਦੌਰਾ ਪੈਂਦਾ, ਉਸੇ ਨਾਲ ਹੀ ਸਾਡੀ ਬੋਡੀ ਦਾ ਸਿਸਟਮ ਖਰਾਬ ਹੁੰਦਾ, ਉਸੇ ਕਰਕੇ ਸਾਰੀਆਂ ਪ੍ਰੋਬਲਮ। ਜਿਹੜੀਆਂ ਦਿਲ ਦੀਆਂ ਬਿਮਾਰੀਆਂ ਨੇ, ਇਹਨਾਂ ਦਾ ਸੰਬੰਧ ਕਿਸ ਚੀਜ਼ ਨਾਲ ਆ? ਕਿਉਂ ਹੁੰਦੀਆਂ ਨੇ ਸਾਨੂੰ ਦਿਲ ਦੀਆਂ ਬਿਮਾਰੀਆਂ? ਅਸੀਂ ਅੱਜ ਕੱਲ੍ਹ ਡਾਕਟਰਾਂ ਨੂੰ ਉਹਨਾਂ ਨੂੰ ਸਟੰਟ ਡਾਕਟਰ ਹੀ ਕਹਿੰਦੇ, ਵੀ ਸਟੰਟ ਕਰਦੇ ਹੈ, ਕਿਉਂਕਿ ਸਟੰਟ ਜਿਹੜਾ ਹੈਗਾ ਹਾਰਟ ਦਾ ਕੋਈ ਵੀ ਇਲਾਜ ਨਹੀਂ ਹੈਗਾ। ਮਾਈਂਡ, ਬ੍ਰੇਨ, ਹਾਰਟ ਅਤੇ ਹੈਂਡ, ਇਹ ਚਾਰਾਂ ਦਾ ਇੱਕ ਬਹੁਤ ਖੂਬਸੂਰਤ ਇੱਕ ਰਿਦਮ ਹੈ। ਪਾਣੀ ਪੀਂਦੇ ਹਾਂ, ਉਹ ਪਾਣੀ ਵੀ ਅਸੀਂ ਪੋਲਿਊਟਡ ਕਰ ਲਿਆ, ਉਸ ਤੋਂ ਬਾਅਦ ਖਾਣ ਦੀਆਂ ਚੀਜ਼ਾਂ ਨੇ ਉਹ ਪੋਲਿਊਟਡ ਕਰ ਲਿਆ, ਸੈਂਟੀਮੈਂਟ ਦੇ ਇਮੋਸ਼ਨ ਅਸੀਂ ਆਪਦੇ ਮਾਰ ਲਏ। ਤੁਸੀਂ ਮੈਨੂੰ ਦੱਸੋ ਸਾਡਾ ਜੇ ਦਿਲ ਨਹੀਂ ਖਰਾਬ ਹੋਊ ਤਾਂ ਕੀ ਖਰਾਬ? ਇੱਕਦਮ ਜਾਂ ਤਾਂ ਦਿਲ ਦੀ ਧੜਕਣ ਬਹੁਤ ਜ਼ਿਆਦਾ ਵੱਧ ਜਾਂਦੀ ਹੈ, ਹਾਂਜੀ ਹਾਂਜੀ, ਜਾਂ ਫਿਰ ਇੱਕਦਮ ਬਿਲਕੁਲ ਹੀ ਘੱਟ ਜਾਂਦੀ ਹੈ। ਇਹਦਾ ਕੀ ਕਾਰਨ ਕੀ, ਇਹਦਾ ਕੀ ਕਾਰਨ? ਹਾਰਟ 40% ਕੰਮ ਦਾ ਕਰਦਾ, ਫਿਰ 35 ਤੇ ਆ ਜਾਂਦਾ, ਫਿਰ 30 ਤੇ ਆ ਜਾਂਦਾ ਹੌਲੀ ਹੌਲੀ, ਫਿਰ 20 ਤੇ ਆ ਜਾਂਦਾ, ਫਿਰ 7-9 ਵੈਗਰ ਹੋ ਜਾਂਦਾ। ਇਸ ਕਰਕੇ ਆਮ ਡਾਕਟਰ ਕਹਿੰਦੇ ਨੇ ਕਿ ਭਾਈ ਇਹ ਜੇ ਹਾਰਟ 25 ਤੇ ਆ ਗਿਆ, ਹੁਣ ਇਹ ਕਦੇ ਵੀ ਜਾਊਗਾ। ਉਖਾੜੇ ਨਾਲ ਜਿੰਨੀਆਂ ਬੀਨਸ ਦੇ ਵਿੱਚ ਕਿਤੇ ਵੀ ਜ਼ਿਆਦਾ ਸਪਲਾਈ ਨਾ ਹੋਈ ਹੋਵੇ, ਪੂਰੀ ਆਕਸੀਜਨ ਦਾ ਬਹਾਰ ਨਾ ਅਤੇ ਬਰੜ ਦਾ ਜਾਂਦਾ ਹੋਵੇ, ਉਹ ਪੂਰਾ ਹੋ ਜਾਂਦਾ। ਉਸ ਤੋਂ ਬਾਅਦ ਕੁਛ ਦਵਾਈਆਂ ਨੇ ਜਿਹੜੀਆਂ ਅਸੀਂ ਜੜੀ ਬੂਟੀਆਂ ਤਿਆਰ ਕਰਕੇ ਉਹਦਾ ਸਟੈਕਟ ਕੱਢ ਕੇ ਬਣਾਉਂਦੇ ਹਾਂ, ਉਹ ਅਸੀਂ ਦਿੰਦੇ ਹਾਂ। ਮੇਰੇ ਕੋਲ ਜਿੰਨੇ ਪੇਸ਼ੈਂਟ ਆਏ ਨੇ ਟੈਕੀਕਾਰਡੀਏ ਦੇ, ਉਹ ਤੁਹਾਨੂੰ ਹੈਰਾਨੀ ਦੀ ਗੱਲ, ਉਹ ਸਾਰਿਆਂ ਦੀ ਦਵਾਈ ਛੁੱਟ ਗਈ ਐਲੋਪੈਥੀ, ਕਹਿੰਦੇ ਦਵਾਈ ਨਹੀਂ ਛੁੱਟਦੀ। ਅਤੇ ਨਾ ਤਾਂ ਧੜਕਣ ਵਧੀ ਹੁੰਦੀ ਹੈ, ਨਾ ਕੋਈ ਐਵੇਂ ਲੱਗਦਾ ਕਿ ਹਾਰਟ ਅਟੈਕ ਆ ਰਿਹਾ। ਦਿਲ ਦੇ ਉੱਤੇ ਕਈ ਵਾਰ ਜਿਵੇਂ ਕੋਈ ਸੂਈ ਨਹੀਂ ਚਬਾਉਂਦਾ, ਸੂਈਆਂ ਚੁੱਭਦੀਆਂ ਨੇ ਜੀ, ਉਹ ਕੀ ਚੀਜ਼ ਹੁੰਦੀ? ਪਰ ਇਹਦਾ ਬਹੁਤ ਸੌਖਾ ਇਲਾਜ ਹੈ ਕੁਦਰਤ ਦੇ ਵਿੱਚ, ਇਹ ਜ਼ਿਆਦਾ ਇੱਕ ਖਾਸ ਸਾਜਿਸ਼ ਦੇ ਥੱਲੇ ਹੀ। ਸਤਿ ਸ਼੍ਰੀ ਅਕਾਲ ਜੀ, ਹਕੀਕਤ ਟੀ ਵੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ, ਮੈਂ ਹਾਂ ਕਾਸਿਫ ਫਾਰੂਕੀ। ਅੱਜ ਅਸੀਂ ਇੱਕ ਵਾਰ ਫਿਰ ਜਿਹੜੀ ਤੁਹਾਡੀ ਮੁਲਾਕਾਤ ਹੈ ਦੁਨੀਆ ਦੀ ਨਾਮਵਰ ਸ਼ਖਸੀਅਤ ਡਾਕਟਰ ਜੋਗਿੰਦਰ ਟਾਈਗਰ ਹੋਰਾਂ ਨਾਲ ਕਰਵਾਉਣ ਜਾ ਰਹੇ ਹਾਂ। ਅਸੀਂ ਇੱਕ ਵਾਰ ਮੁੜ ਤੋਂ ਅੱਜ ਫਨ ਵਿਲਾ ਪਟਿਆਲਾ ਪਹੁੰਚੇ ਹਾਂ। ਪਿਛਲੀ ਵੀਡੀਓ ਕਾਫੀ ਮਕਬੂਲ ਹੋਈ ਹੈ, ਬਹੁਤ ਸਾਰੇ ਸਵਾਲ ਵੀ ਨੇ ਜਿਹੜੇ ਲੋਕਾਂ ਦੇ ਆਏ, ਅਸੀਂ ਕੋਸ਼ਿਸ਼ ਕਰਾਂਗੇ ਇਸ ਵੀਡੀਓ ਦੇ ਵਿੱਚ ਉਹਨਾਂ ਨੂੰ ਲੈ ਕੇ ਆਈਏ। ਪਰ ਅੱਜ ਅਸੀਂ ਜਿਹੜਾ ਇੱਕ ਬੜਾ ਨਵੇਕਲਾ ਟੌਪਿਕ ਤੁਹਾਡੇ ਨਾਲ ਲੈ ਕੇ ਆ ਰਹੇ ਹਾਂ, ਜਿਸ ਦਾ ਸਭ ਤੋਂ ਵੱਧ ਦੁਨੀਆ ਦੇ ਵਿੱਚ ਇਸ ਵੇਲੇ ਖਤਰਾ ਹੈ, ਔਰ ਉਹ ਖਤਰਾ ਜਿਸ ਜੋ ਇਸ ਵੇਲੇ ਸਭ ਤੋਂ ਜ਼ਿਆਦਾ ਲੋਕਾਂ ਦੀਆਂ ਜਾਨਾਂ ਜਾਣ ਦਾ ਕਾਰਨ ਬਣਦਾ, ਉਹ ਹੈ ਦਿਲ ਦੀਆਂ ਬਿਮਾਰੀਆਂ ਨਾਲ ਸੰਬੰਧਿਤ ਜਿਹੜੀ ਗੱਲਬਾਤ ਹੈ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਕਰਾਂਗੇ। ਡਾਕਟਰ ਜੋਗਿੰਦਰ ਟਾਈਗਰ ਨੇ ਬੜੀ ਨਿੱਘੀ ਸ਼ਖਸੀਅਤ ਨੇ, ਉਹਨਾਂ ਨਾਲ ਗੱਲਬਾਤ ਸ਼ੁਰੂ ਕਰ ਲੈਂਦੇ, ਪਹਿਲਾਂ ਇੱਕ ਵਾਰ ਫਿਰ ਤੋਂ ਉਹ ਜਿਹੜਾ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਇੱਕ ਵਾਰ ਫਿਰ, ਅਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੇ ਕੀਮਤੀ ਸਮੇਂ 'ਚੋਂ ਸੰਬੰਧਿਤ। ਥੈਂਕ ਯੂ ਵੈਰੀ ਮੱਚ, ਤੁਸੀਂ ਆਏ, ਚੰਗਾ ਲੱਗਿਆ ਜੀ। ਡਾਕਟਰ ਸਾਹਿਬ ਹਮੇਸ਼ਾ ਦੀ ਤਰ੍ਹਾਂ ਪਹਿਲੀ ਵਾਰ ਮੇਰਾ ਸਵਾਲ ਤੁਹਾਡੇ ਕੋਲ ਇਹੀ ਹੈ ਕਿ ਜਿਹੜੀਆਂ ਦਿਲ ਦੀਆਂ ਬਿਮਾਰੀਆਂ ਨੇ, ਇਹਨਾਂ ਦਾ ਸੰਬੰਧ ਕਿਸ ਚੀਜ਼ ਨਾਲ ਆ? ਕਿਉਂ ਹੁੰਦੀਆਂ ਨੇ ਸਾਨੂੰ ਦਿਲ ਦੀਆਂ ਬਿਮਾਰੀਆਂ? ਦੇਖੋ, ਪਹਿਲੀ ਗੱਲ ਤਾਂ ਜਦੋਂ ਦਿਲ ਦੀ ਗੱਲ ਕਰਦੇ ਹੋ ਜੀ, ਦਿਲ ਹੀ ਤੋਂ ਹੈ ਨਾ ਸੰਗੋ ਖਿਸਤ, ਦਰਦ ਸੇ ਬਰ ਆਏ ਨਾ ਕਿਉਂ, ਰੋਏਂਗੇ ਹਮ ਹਜ਼ਾਰ ਵਾਰ, ਕੋਈ ਹਮੇ ਸਤਾਏ ਕਿਉਂ। ਦਿਲ ਜਿਹੜਾ ਹੈਗਾ ਇਹ ਆਨੰਦ ਦੀ ਇੱਕ ਖਜ਼ਾਨਾ, ਇਮੋਸ਼ਨ ਸੈਂਟੀਮੈਂਟਸ ਸਾਰੇ ਦਿਲ ਦੇ ਕੋਲ ਨੇ, ਇਹ ਮਾਈਂਡ ਕੋਲ। ਅਸੀਂ ਸਮਾਜ ਦੇ ਵਿੱਚ ਇਮੋਸ਼ਨ ਅਤੇ ਸੈਂਟੀਮੈਂਟਸ ਹੀ ਕੁਚਲੇ ਨੇ, ਹੋਰ ਕੁਛ ਕੁਚਲੇ ਨਹੀਂ ਪੈਸੇ ਕਮਾਉਣ ਤੋਂ ਬਿਨਾਂ। ਜਦੋਂ ਤੁਹਾਡੇ ਇਮੋਸ਼ਨ ਅਤੇ ਸੈਂਟੀਮੈਂਟਸ ਕੁਚਲੇ ਜਾਂਦੇ ਨੇ ਤਾਂ ਤੁਹਾਡੀ ਹੈਪੀਨੈਸ ਜਿਹੜੀ ਹੈਗੀ ਹੈ, ਹੈਪੀਨੈਸ ਕਿੱਥੇ ਪਈ ਹੈ? ਪਹਿਲਾਂ ਤੁਸੀਂ ਲਈਅਰੋਂ ਹਲਕੇ ਫੁਲਕਿਓ ਸਵੇਰੇ ਉੱਠ ਕੇ, ਫਿਰ ਪਲਈਅਰੋਂ, ਜਦੋਂ ਪਲਈਅਰੋਂ ਅੰਦਰੋਂ ਤਾਂ ਤੁਸੀਂ ਹੈਪੀ ਹੋ। ਉਹ ਸੈਂਟੀਮੈਂਟ ਅਤੇ ਇਮੋਸ਼ਨ ਨਾਲ ਰਿਲੇਟਡ ਗੱਲਾਂ ਨੇ ਸਾਰੀਆਂ। ਅਤੇ ਦੂਜੀਆਂ ਹੈਗੀਆਂ ਦਿਲ ਦੀਆਂ ਗੱਲਾਂ ਖਾਦ ਖੁਰਾਕ ਨਾਲ। ਖਾਦ ਖੁਰਾਕ ਮੈਂ ਪਿਛਲੀ ਵਾਰ ਜਦੋਂ ਤੁਸੀਂ ਆਏ ਸੀ, ਪਿਛਲੇ ਐਪੀਸੋਡ 'ਚ ਵੀ ਮੈਂ ਗੱਲ ਕੀਤੀ ਸੀ ਕਿ ਅਸੀਂ ਕੀ ਕੀਤਾ, ਸਾਡੇ ਕੋਲ ਅਸੀਂ ਧਰਤੀ ਜਿਹੜੀ ਮਾਤਾ ਉਸ ਪਲੈਨਟ 'ਤੇ ਰਹਿ ਰਹੇ, ਆਲੇ ਦੁਆਲੇ ਦਾ ਐਟਮੋਸਫੀਅਰ ਸਾਨੂੰ ਉੱਥੇ ਗਰੋ ਕਰ ਰਿਹਾ ਅਤੇ ਵਸਤਾਂ ਨੂੰ ਗਰੋ ਕਰ ਰਿਹਾ। ਅਸੀਂ ਜਿੱਥੇ ਖਾਣਾ ਪਕਾਉਣਾ ਜਿਹੜਾ ਸਾਡਾ ਹੈਗਾ ਸਾਰਾ, ਅਸੀਂ ਜਿੱਥੋਂ ਪੈਦਾ ਹੋਣਾ, ਅਸੀਂ ਧਰਤੀ ਮਾਤਾ ਦੇ ਨੂੰ ਦਵਾਈਆਂ ਪਾ ਕੇ, ਕੀੜੇ ਮਾਰ ਦਵਾਈਆਂ ਪਾ ਕੇ, ਗੰਦਗੀ ਪਾ ਕੇ, ਪੈਸਟੀਸਾਈਡ ਪਾ ਕੇ, ਇਨਸੈਕਟੀਸਾਈਡ ਪਾ ਕੇ, ਆਪਣੀਆਂ ਹੋਰ ਗੰਦੀਆਂ ਤੋਂ ਗੰਦੀਆਂ ਵਸਤਾਂ ਨਾਲ ਖਰਾਬ ਕਰ ਲਿਆ। ਉੱਥੋਂ ਖਾਣ ਵਾਲੀਆਂ ਚੀਜ਼ਾਂ ਪਹਿਲਾਂ ਤਾਂ ਪੋਲਿਊਟਡ ਪੈਦਾ ਹੋ ਰਹੀਆਂ ਨੇ। ਨੰਬਰ 2 ਦੇ ਉੱਤੇ ਅਸੀਂ ਜਿਹੜਾ ਪਾਣੀ ਪੀਂਦੇ ਹਾਂ, ਪਹਿਲਾਂ ਅਸੀਂ ਸਾਹ ਲੈਣਾ ਕੁਦਰਤ ਦੇ ਵਿੱਚੋਂ, ਉਹ ਐਟਮੋਸਫੀਅਰ ਖਰਾਬ ਕਰ ਲਿਆ। ਉਸ ਤੋਂ ਬਾਅਦ ਪਾਣੀ ਪੀਂਦੇ ਹਾਂ, ਉਹ ਪਾਣੀ ਵੀ ਅਸੀਂ ਪੋਲਿਊਟਡ ਕਰ ਲਿਆ। ਉਸ ਤੋਂ ਬਾਅਦ ਖਾਣ ਦੀਆਂ ਚੀਜ਼ਾਂ ਨੇ ਉਹ ਪੋਲਿਊਟਡ ਕਰ ਲਿਆ, ਸੈਂਟੀਮੈਂਟ ਅਤੇ ਇਮੋਸ਼ਨ ਅਸੀਂ ਆਪਦੇ ਮਾਰ ਲਏ। ਤੁਸੀਂ ਮੈਨੂੰ ਦੱਸੋ ਸਾਡਾ ਜੇ ਦਿਲ ਨਹੀਂ ਖਰਾਬ ਹੋਊ ਤਾਂ ਕੀ ਖਰਾਬ ਹੋਊ?
तो सर डॉक्टर साहब दिल दियां तुसीं बिल्कुल जड़ ते पहुंच के सवाल का जवाब दिता है जिहड़ा मैनूं लगता है कि अज तक शायद ही किसी ने दिता होवे। सो दिल दियां बीमारियां दे विचों सब तो वड्डा जिहड़ा इस वेले जिहड़ा खतरा बनया होया है वह हार्ट अटैक का बनया होया। हार्ट अटैक क्यों आउंदा जी डॉक्टर साहब? हार्ट अटैक देखो एक तो साडा खान पकवान माड़ा हो गया, दिनचर्या साडा माड़ा हो गया, रहन सहन दे साडे ढंग माड़े ने, एक्सरसाइज असी करदे नहीं, बहुत रिच तो रिच ते पोल्यूटेड तो पोल्यूटेड फूड खा रहे हैं, पोल्यूटेड तो पोल्यूटेड वातावरण दे विच रह रहे हैं, असी सोच असी माड़ी कीती है, इमोशन ते सेंटीमेंट्स नूं असी कुचल रहे हैं, उहदे नाल ही दिल दा दौरा पैंदा है, उसे नाल ही साडी बॉडी दा सिस्टम खराब हुंदा है, उसे करके सारियां प्रॉब्लम्स आउंदियां ने जी। ते पर एलोपैथी दे विच ते जिहड़ा दिल दा हार्ट अटैक जदों आउंदा है ते बहुत सारियां एकदम जिहड़ा कहिंदे ने कि जी इस तरीके नाल करो, स्टंट लै लो, स्टंट पै सकदा है, इलाज नहीं। वो देखो वो इदा हैगा जदों असी अपनिया इस हैबिट्स दे नाल, बैड हैबिट्स नाल, बैड फूड्स नाल, बैड सोच नाल आपदे खून नूं खराब कर लैने आ। तुहानूं पता होगा कि जिहड़ा हार्ट है साडा, माइंड, ब्रेन, हार्ट ते हैंड, ये चारां दा एक बहुत खूबसूरत एक रिदम है। हाथ साडे किते कम करदे ने, सोचदे असी किते आ, खा असी किते रहे आ, इमोशन साडे किते पए ने, असी अपने आप च ही एक कट्टी हुई बॉडी दे सत अठ पार्ट, असी कट्ठी जॉइंट बॉडी साड़ी देखण नूं है, पर जदों असी देखदे जिवें कफन फुल है, फुल तुहानूं सामने नज़र आ रहा कि फुल है, पर फुल दी खुशबू जिहड़ी है, एक फुल विजिबल है, खुशबू इनविजिबल है, फुल दीआं कई डिमेंशन ने, उहदी खुशबू इनविजिबल है। एवें साड़ी बॉडी जिहड़ी है सानूं देखण नूं लग रही है कि स्ट्रक्चर दे तौर ते एक है, पर उहदी जिहड़ी इनविजिबल डिमेंशन जदों असीं देखांगे असीं टुटे कट्टे ते कतल हुई बॉडी दे असीं मालक। इस करके सानूं हार्ट अटैक हो रहे ने, इस करके असीं बीमार हाँ, इस करके क्राइम कर रहे हैं, इस करके असीं घटिया किस्म की पॉलिटिक्स कर रहे हैं समाज के, इस करके घटिया किस्म के रिलीजन द्वारा जहाद पैदा कर रहे हैं असीं, चाहे वह किसी भी तरह के रिलीजन ने। बेसिकली दुनिया के सानूं कास्ट, रिलीजन ते कंट्री ने ही बर्बाद किया होया, धरती माता तो कोई कंट्री नहीं, यह मैन मेड कंट्री ने, उन्होंने लॉ एंड ऑर्डर पढ़ाए जाते हैं वो भी मैन मेड ने, उन्होंने किताबा पढ़ाई जाए ने असं पढ़ के आ रहे हैं वो सिलेबस कितने काम नहीं आते। सो इस करके सारा कुछ इन्ना पोल्यूटड बनया हुआ है, वो सारा प्रैशर थोड़ी बॉडी के उत्ते, माइंड के उत्ते, ब्रेन के उत्ते पै के थोड़ा सिस्टम खराब हों, फिर थोड़ी आर्टरिया के खाण पान के नाल सारा वो डिपोजिट हों, उ हार्ट अटैक करता है, उही थोड़ी फीलिंग ते इमोशन मारद हार्ट अटैक होंद, उही थोड़े मैंटली प्रैशर पाता हार्ट अटैक होंगे। हार्ट अटैक के किन्नी रीज़न ने, जी हूँ स्टंट की तुम गल करते हो, स्टंट जोड़ा है जो हार्ट अटैक होंगे हैगा किसी आर्टरी कोई बंद होंगी है वह कोई परमानेंट इलाज नहीं। जे एक स्टंट पै गया तो बंदा कहता भी स्टंट, ये बंदा स्टंट का बड़ा व्डा एक्सपर्ट है, फिर वो स्टंट पै जाने, तुम किसी पेशेंट देख लो एक स्टंट पै गया तो स्टंट पैने ने। असी अजकल डॉक्टरों उन्होंने स्टंट डॉक्टर ही कहने भी स्टंट करते हैं, क्योंकि स्टंट जिहड़ा हैगा हार्ट का कोई भी इलाज नहीं हैगा, उहदे नालों बैटर हैगा कि तुसी अपनी सोच ते खुराक नूं ठीक करो। सोच ते खुराक जदों ठीक हो गई एंटीऑक्सीडेंट चीज़ा खाओ, जे तुहाडी बॉडी दे विच तुसी स्टंट की गल करते हो साढ़े कोल लोग आउंदे ने, उहदे च की हुंदा हैगा कि बॉडी का जिहड़ा तुहाडा ब्लड है शुद्ध हो जाता, ब्लड नूं शुद्ध करन वालियां एंटीऑक्सीडेंट चीज़ां दिओ, उहदे काढ़े भी ने, दवाइया भी ने, जड़ी बूटियां भी ने, उहदी खुराक भी है। एक तो तुहानूं मैं पहला भी पिछली वीडियो च दस्या सी कि जदों भी कोई खाना खाना है उह सीजन दा खाना, क्योंकि जिथे तुसीं जिस एनवायरमेंट च रह रहे हो टोपोग्राफिकल कुदरत ने चीज़ां उत्थे पैदा कीतियां ने, रहे तुसीं इत्थे रहे हो चीज़ां अमेरिका तो एक्सपोर्ट कर रहे हो, रहे इत्थे रहे हो चीज़ां लंडन तो एक्सपोर्ट कर रहे हो, क्योंकि जिस एटमोसफेयर तुसीं रह रहे हो उस एटमोसफेयर चीज़ां ते बनस्पति की इम्यूनिटी डिवेलप होंदी है। इन फोना ते फलोरा कहिंदे ने, कुदरत फलोरा किहनूं कहिंदे ने, वैजीटेशन, फोना किहनूं कहिंदे ने, एनीमल्स जिहड़े ने, कुदरत ने उन्हां दे पैरल चीज़ां पैदा कीतियां ने, एक दूजे के अनुकूल ने। हमेशा जे तुसीं उत्थे दीआं चीज़ां खाने हो, हथीं काम करदे हो, एक्सरसाइज करदे हो, सोच नूं ठीक रखदे हो, हार्ट अटैक नहीं हुंदा जी। जी जी ते फिर डॉक्टर साहब हार्ट अटैक तो बाद अजकल जिहड़ी सब तो ज़्यादा बीमारी है आम इंसानां नूं हुंदी है वह है कि यकदम या तो दिल की धड़कन बहुत ज़्यादा वध जांदी है, हाँ जी, या फिर यकदम बिल्कुल ही घट जांदी है, इहदा की कारण की, इहदा की कारण है? हाँ, ये तुसीं बहुत अच्छा सवाल किया, ये बहुत ही थोड़ा रोचक ते वधिया सवाल है, ये अज दे समें नूं इहदी बहुत ही जरूरत है। ये जिहड़ी जदों धड़कन दिल दी वधदी है
ਤੇ ਇੱਕ ਪਾਸੇ ਦਿਲ ਦੀ ਧੜਕਣ ਘਟਦੀ ਹੈ ਜੀ। ਜਿਹੜੀ ਉਹ ਧੜਕਣ ਵੱਧਦੀ ਹੈ ਉਹਨੂੰ ਕਹਿੰਦੇ ਟੈਕੀਕਾਰਡੀਆ। ਟੈਕੀਕਾਰਡੀਆ ਜਦੋਂ ਧੜਕਣ ਘਟਦੀ ਹੈ ਉਹਨੂੰ ਕਹਿੰਦੇ ਬਲੈਡੀਕਾਰਡੀਆ। ਬਲੈਡੀਕਾਰਡੀਆ ਮਤਲਬ ਧੜਕਣ ਦਾ ਘਟ ਜਾਣਾ, ਟੈਕੀਕਾਰਡੀਆ ਨਾਲ ਵੱਧ ਜਾਣਾ। ਆਮ ਦਿਲ ਦੀ ਧੜਕਣ ਜਿਹੜੀ ਹੈਗੀ 60 ਤੋਂ 100 ਦੇ ਵਿਟਬਿਨ ਰਹਿੰਦੀ ਹੈ, ਉਹਨੂੰ ਅਸੀਂ ਕਹਿੰਦੇ ਕਿ ਦਿਲ ਦੀ ਧੜਕਣ ਠੀਕ ਹੈ। ਜਦੋਂ ਧੜਕਣ 60 ਤੋਂ ਥੱਲੇ 50 ਤੱਕ ਦੇ ਕਰੀਬ ਤੋਂ ਥੱਲੇ ਆਉਂਦੀ ਹੈ ਉਹਨੂੰ ਕੀ ਕਹਿੰਦੇ ਨੇ? ਬਲੈਡੀਕਾਰਡੀਆ। ਬਲੈਡੀਕਾਰਡੀਆ 'ਚ ਕੀ ਹੁੰਦਾ ਉਹ ਮੈਂ ਤੁਹਾਨੂੰ ਦੱਸਦਾ। ਜਿਹੜੇ ਧੜਕਣ 100 ਤੋਂ ਉੱਪਰ ਚਲੀ ਜਾਂਦੀ ਹੈ, 150 ਤੱਕ ਚਲੀ ਜਾਂਦੀ ਹੈ, ਕਈ ਕੇਸਾਂ ਦੇ ਵਿੱਚ 170-200 ਤੱਕ ਵੀ ਚਲੀ ਜਾਂਦੀ ਹੈ। 200 ਤੋਂ ਜੋ ਜਾਂਦਾ ਉਦੋਂ ਕਈ ਵਾਰੀ ਬੰਦੇ ਦੀ ਡੈਥ ਹੋਣ ਦੇ ਚਾਂਸ ਵੀ ਹੁੰਦੇ ਨੇ, ਕਿਉਂਕਿ ਹਾਰਟ ਨੂੰ ਬਹੁਤ ਜ਼ਿਆਦਾ ਸਪੀਡ ਤਗੜਾ ਕੰਮ ਕਰਨਾ ਪੈਂਦਾ। ਹੁਣ ਕੀ ਹੁੰਦਾ ਹੈਗਾ ਕਿ ਇਹ ਜ਼ਿਆਦਾ ਇਹਦਾ ਰੀਜ਼ਨ ਕੋਈ ਮੈਂਟਲ ਪ੍ਰੈਸ਼ਰ ਹੈ, ਖਾਦ ਖੁਰਾਕ ਨਹੀਂ ਹੈਗੀ। ਤੁਸੀਂ ਜਿਹੜਾ ਹਾਰਟ ਅਟੈਕ ਹੈ ਉਹਦੇ ਵਿੱਚ ਤਾਂ ਤੁਹਾਡੇ ਆਰਟਰੀ ਦੇ ਵਿੱਚ ਮੋਸਟਲੀ ਡਿਪੋਜ਼ਿਟ ਹੋ ਜਾਂਦਾ ਜੀ, ਠੀਕ ਹੈ ਨਾ ਜੀ, ਉਹਦੇ 'ਚ ਡਿਪੋਜ਼ਿਟ ਹੁੰਦਾ। ਇਹਦੇ ਵਿੱਚ ਕੀ ਹੁੰਦਾ ਤੁਹਾਡੀ ਕਈ ਵਾਰੀ ਉਹਦੇ ਵਿੱਚ ਬੀ ਪੀ ਬਹੁਤ ਵੱਧ ਜਾਂਦਾ। ਇਹ ਜਿਹੜਾ ਹੈਗਾ ਅਰਿਧਮੀਆ ਕਹਿੰਦੇ ਆ ਇਹਨੂੰ, ਹਾਰਟ ਅਰਿਧਮੀਆ, ਰਿਧਮ ਜਿਹੜਾ ਸਹੀ ਚੱਲਦਾ, ਅਰਿਧਮ ਜਦੋਂ ਬੇਸੁਰਾ ਹੋ ਜਾਂਦਾ ਹਾਰਟ। ਹਾਰਟ ਦੇ ਵਿੱਚ ਦਰਅਸਲ ਕੀ ਹੁੰਦਾ ਹੈ, ਕੁਦਰਤ ਵੱਲੋਂ ਇੱਕ ਤਰ੍ਹਾਂ ਦਾ ਬਿਜਲੀ ਜਨਰੇਟ ਕਰਨ ਵਾਲਾ ਸਿਸਟਮ ਲਾਇਆ ਹੈ, ਉਹਦਾ ਕਰੰਟ ਚੱਲਦਾ। ਜਦੋਂ ਕਰੰਟ ਡਿਸਟਰਬ ਹੁੰਦਾ ਹੈ ਉਹ ਆਪਦੇ ਸਰਕਟ ਦੀ ਬਜਾਏ ਹਾਰਟ ਦੇ ਛੇਦਾਂ ਦੇ ਵਿੱਚੋਂ ਚੱਲਣ ਲੱਗ ਜਾਂਦਾ। ਜਦੋਂ ਛੇਦਾਂ ਤੋਂ ਚੱਲਦਾ ਫਿਰ ਉਹਦੇ ਵਿੱਚ ਹਾਰਟ ਨੂੰ ਪ੍ਰੋਪਰ ਉਹ ਤੋਂ ਪੰਪ ਨਹੀਂ ਹੁੰਦਾ, ਉਹਨੂੰ ਕਹਿੰਦੇ ਹਾਰਟ ਮਸਲ ਖਰਾਬ ਹੋ ਗਿਆ। ਜਦੋਂ ਪ੍ਰੋਪਰ ਪੰਪ ਨਹੀਂ ਹੁੰਦਾ ਤਾਂ ਹਾਰਟ ਨੇ ਬੋਡੀ ਨੂੰ ਖੂਨ ਤਾਂ ਦੇਣਾ, ਕਿਉਂਕਿ ਹਾਰਟ ਦੇ ਵਿੱਚ ਬਹੁਤ ਕੁਛ ਹੈਗਾ, ਮੈਂਬਰੇਨਸ ਹੈਗੀ ਹੈ, ਉਹਨੇ ਬੋਡੀ ਨੂੰ ਖੂਨ ਦੇਣਾ। ਉਹ ਆਪਦੀ ਫਿਰ ਲਗਾਤਾਰ ਜਲਦੀ ਜਲਦੀ ਪੰਪ ਕਰਦਾ, ਜਦੋਂ ਜਲਦੀ ਜਲਦੀ ਪੰਪ ਕਰਦਾ ਹੈਗਾ ਉਹਨੂੰ ਕਹਿੰਦੇ ਨੇ ਟੈਕੀਕਾਰਡੀਆ। ਜਦੋਂ ਉਹ ਪੰਪ ਕਰਨ ਤੋਂ ਅਸਮਰਥ ਹੋ ਜਾਂਦਾ ਤਾਂ ਹੌਲੀ ਹੌਲੀ ਪੰਪ ਕਰਦਾ, ਉਹ ਤੋਂ ਪੰਪ ਨਹੀਂ ਹੋ ਰਿਹਾ ਹੁੰਦਾ, ਉਹਨੂੰ ਕਹਿੰਦੇ ਨੇ ਬਲੈਡੀਕਾਰਡੀਆ। ਉਹਦੇ ਵਿੱਚ ਕੀ ਹੁੰਦਾ, ਇਹ ਦੋਨਾਂ ਦੇ ਵਿੱਚ ਜੇ ਇਹ ਬੇਸਿਕਲੀ ਜੇ ਬੰਦੇ ਦਾ ਸੋਚ ਵਗੈਰਾ ਠੀਕ ਹੋ ਜਾਵੇ, ਡਾਕਟਰ ਕੀ ਕਰਦੇ ਨੇ ਇਹਦੇ ਵਿੱਚ, ਇੱਕ ਤਾਂ ਉਹ ਬਲੱਡ ਪ੍ਰੈਸ਼ਰ ਦੀਆਂ ਦਵਾਈਆਂ ਦਿੰਦੇ ਨੇ ਕਿ ਬਲੱਡ ਪ੍ਰੈਸ਼ਰ ਉਹਦਾ ਘਟਿਆ ਰਹੇ। ਜਿਵੇਂ ਬਲੱਡ ਪ੍ਰੈਸ਼ਰ ਜੇ 80-120 ਨਾਰਮਲ ਵੀ ਹੈ ਤਾਂ ਡਾਕਟਰ ਉਹਨੂੰ ਕੋਸ਼ਿਸ਼ ਕਰਦੇ ਨੇ 100 ਤੋਂ ਲੈ ਕੇ ਉੱਪਰਲੇ ਨੂੰ 100, ਥੱਲੇ ਨੂੰ ਕਰਦੇ ਨੇ 60 ਤੱਕ, ਈਵਨ 90 ਤੋਂ ਕਈ ਵਾਰੀ 50 ਤੱਕ ਵੀ ਲਿਆਉਂਦੇ ਨੇ। ਉਹਦੇ ਵਿੱਚ ਜਦੋਂ 90 ਤੋਂ 50 ਤੱਕ ਲੈ ਕੇ ਆਉਂਦੇ ਨੇ ਉਹਦੇ ਵਿੱਚ ਕੀ ਹੁੰਦਾ, ਹਾਰਟ ਮਸਲ ਦਾ ਫੰਕਸ਼ਨ ਸਗੋਂ ਹੋਰ ਘਟੀ ਜਾਂਦਾ, ਆਪਦੀ ਜਾਨ 'ਚੋਂ ਲੋਡ ਘਟਾਉਂਦੇ ਨੇ, ਬੋਡੀ ਨੂੰ ਸਪਲਾਈ ਘਟੀ ਜਾਂਦੀ ਹੈ, ਹੌਲੀ ਹੌਲੀ ਬੋਡੀ ਬਿਮਾਰ ਹੋਈ ਜਾਂਦੀ ਹੈ। ਫਿਰ ਜੇ ਅਗਰ ਹਾਰਟ 40% ਕੰਮ ਦਾ ਕਰਦਾ ਫਿਰ 35 'ਤੇ ਆ ਜਾਂਦਾ, ਫਿਰ 30 'ਤੇ ਆ ਜਾਂਦਾ ਹੌਲੀ ਹੌਲੀ, ਫਿਰ 20 'ਤੇ ਆ ਜਾਂਦਾ, ਫਿਰ 7-9 ਵੈਗਰ ਹੋ ਜਾਂਦਾ। ਇਸ ਕਰਕੇ ਆਮ ਡਾਕਟਰ ਕਹਿੰਦੇ ਨੇ ਕਿ ਭਾਈ ਇਹ ਜੇ ਹਾਰਟ 25 'ਤੇ ਆ ਗਿਆ ਹੁਣ ਇਹ ਕਦੇ ਵੀ ਜਾਊਗਾ, ਠੀਕ ਹੈ ਨਹੀਂ। ਪਰ ਇਹਦਾ ਬਹੁਤ ਸੌਖਾ ਇਲਾਜ ਹੈ ਕੁਦਰਤ ਦੇ ਵਿੱਚ, ਇਹ ਜ਼ਿਆਦਾ ਇੱਕ ਖਾਸ ਸਾਜਿਸ਼ ਦੇ ਥੱਲੇ ਹੀ ਅਮੈਰੀਕਨ ਇੰਗਲੈਂਡ ਦੀ ਜਿਹੜੀ ਵੱਡੀਆਂ ਏਜੰਸੀਆਂ ਦੀ ਰਿਸਰਚ ਹੈ, ਜਿਵੇਂ ਹੁਣ ਸਾਡੇ ਕਰੋਨਾ ਵਾਇਰਸ ਦੀ ਦਵਾਈ ਵੇਚਣ ਵਾਂਗੂ ਇਹ ਪੈਥੀਆਂ ਵੀ ਵਿਕੀਆਂ ਹੋਈਆਂ ਨੇ, ਉਹ ਡਾਕਟਰ ਵੀ ਸਾਰੇ ਵਿਕਾਊ ਨੇ ਸਾਡੇ ਵੱਡੇ ਵੱਡੇ ਹੋਸਪਿਟਲਾਂ ਦੇ। ਪਰ ਇਹਦਾ ਇਲਾਜ ਬੜਾ ਸੌਖਾ ਇਲਾਜ ਹੈ। ਮੇਰੇ ਕੋਲ, ਮੈਂ ਤੁਹਾਨੂੰ ਇੰਟਰਵਿਊ ਕਰਾਊਂਗਾ, ਜਿੰਨੇ ਟੈਕੀਕਾਰਡੀਏ ਦੇ ਪੇਸ਼ੈਂਟ ਆਏ ਨੇ, ਤੁਹਾਡੇ ਲੁਧਿਆਣੇ ਤੋਂ ਬਹੁਤ ਆਏ ਨੇ, ਤੁਹਾਡੇ ਮਲੇਰਕੋਟਲੇ ਤੋਂ ਇੱਕ ਆਇਆ, 2 ਜਗਰਾਵਾਂ ਤੋਂ ਆਏ ਨੇ, ਇੱਕ ਫਰੀਦਕੋਟ ਤੋਂ ਆਇਆ, ਇੱਕ ਮੁਕਤਸਰ ਤੋਂ ਆਇਆ। ਮੇਰੇ ਕੋਲ ਜਿੰਨੇ ਪੇਸ਼ੈਂਟ ਆਏ ਨੇ ਟੈਕੀਕਾਰਡੀਏ ਦੇ, ਉਹ ਤੁਹਾਨੂੰ ਹੈਰਾਨੀ ਦੀ ਗੱਲ, ਉਹ ਸਾਰਿਆਂ ਦੀ ਦਵਾਈ ਛੁੱਟ ਗਈ ਐਲੋਪੈਥੀ, ਕੋਈ ਦਵਾਈ ਨਹੀਂ ਛੁੱਟਦੀ। ਅੱਛਾ, 3-4 ਪੇਸ਼ੈਂਟਾਂ ਨੂੰ ਹੁਣ ਫ੍ਰੀ ਕਰਤਾ, ਇਹ ਸਾਲ ਕੁ ਤੋਂ ਆਉਣ ਲੱਗੇ ਨੇ, ਅਤੇ ਉਹਨਾਂ ਦੀਆਂ ਰਿਦਮ ਵੀ ਠੀਕ ਹੋ ਗਿਆ, ਉਹ ਵੀ ਪ੍ਰੋਬਲਮ ਆ ਗਈ। ਈਵਨ ਮੈਨੂੰ ਥੋੜ੍ਹੀ ਇੱਕ ਵਾਰੀ ਪ੍ਰੋਬਲਮ ਆ ਗਈ ਸੀ, ਮੈਂ ਕਦੇ ਦਵਾਈ ਨਹੀਂ ਖਾਧੀ ਹੁਣ, ਠੀਕ। ਇਹਦੇ 'ਚ ਕੀ ਹੁੰਦਾ ਹੈਗਾ, ਟੈਕੀਕਾਰਡੀਆ ਦੇ ਵਿੱਚ ਕੀ ਹੁੰਦਾ, ਅਸੀਂ ਉਹ ਜਿੰਨਾ ਬਣਾਇਆ ਹੈ, ਇੱਕ ਤਾਂ ਅਸੀਂ ਬਲੱਡ ਨੂੰ ਸਹੀ ਕਰ ਦਿੰਦੇ ਹਾਂ। ਟੈਕੀਕਾਰਡੀਆ ਦੇ ਵਿੱਚ ਅਸੀਂ ਕੀ ਕਰਦੇ ਹਾਂ, ਗੋਰਖ ਮੁੰਡੀ, ਬ੍ਰਹਮ ਡੱਡੀ, ਅਰਜਨੀਆ, ਹੋਰ ਕਈ ਚੀਜ਼ਾਂ ਦਾ ਮਿਕਸ ਕਰਕੇ ਇਹ ਕਾੜਾ ਦਿੰਦੇ ਹਾਂ। ਉਹ ਕਾੜੇ ਨਾਲ ਜਿੰਨੀਆਂ ਬੀਨਸ ਦੇ ਵਿੱਚ ਕਿਤੇ ਵੀ ਜ਼ਿਆਦਾ ਸਪਲਾਈ ਨਾ ਹੋਈ ਹੋਵੇ, ਪੂਰੀ ਆਕਸੀਜਨ ਦਾ ਬਹਾਅ ਨਾ ਅਤੇ ਬਲੱਡ ਦਾ ਜਾਂਦਾ ਹੋਵੇ, ਉਹ ਪੂਰਾ ਹੋ ਜਾਂਦਾ। ਉਸ ਤੋਂ ਬਾਅਦ ਕੁਛ ਦਵਾਈਆਂ ਨੇ ਜਿਹੜੀਆਂ ਅਸੀਂ ਜੜੀ ਬੂਟੀਆਂ ਤਿਆਰ ਕਰਕੇ ਉਹਦਾ ਸਟੈਕਟ ਕੱਢ ਕੇ ਬਣਾਉਂਦੇ ਹਾਂ, ਉਹ ਅਸੀਂ ਦਿੰਦੇ ਹਾਂ, ਅਤੇ ਉਹਦੇ ਨਾਲ ਟੈਕੀਕਾਰਡੀਆ ਅਤੇ ਜਿਹੜਾ ਹੈਗਾ ਦੂਜੇ ਪਾਸੇ ਬਲੈਡੀਕਾਰਡੀਆ, ਦੋਨੇ ਰਿਦਮ ਠੀਕ ਹੋ ਜਾਂਦੇ ਨੇ। ਅਤੇ ਲਗਭਗ ਇਹ 6-6 ਮਹੀਨੇ ਦਾ ਟ੍ਰੀਟਮੈਂਟ ਹੈ। ਬਹੁਤੀ ਵਾਰੀ ਇਹ ਮੈਂ ਜੋ ਆਪਦੇ 'ਚ ਦੇਖਣ 'ਚ ਆਇਆ ਕੁਛ 2-3 ਪੇਸ਼ੈਂਟ ਦੇ ਵਿੱਚ, ਇਹ ਆਪਣੇ ਆਪ ਵੀ ਠੀਕ ਹੋ ਜਾਂਦਾ, ਡਾਕਟਰ ਨੇ ਬਣਾਇਆ ਹੋਇਆ, ਆਪਣੇ ਆਪ ਵੀ ਠੀਕ ਹੋ ਜਾਂਦਾ, ਸਾਲ ਬਾਅਦ ਤਕਰੀਬਨ ਹੋ ਜਾਂਦਾ। ਇਹਦੇ ਵਿੱਚ ਜਿੰਨਾ ਮੈਂ ਸਟੱਡੀ ਕਰ ਰਿਹਾ, ਇਹ ਜਿਹੜਾ ਤੁਸੀਂ ਅੱਜ ਮੈਨੂੰ ਸਵਾਲ ਕੀਤਾ ਅਰਿਧਮੀਆ, ਹਾਰਟ ਅਰਿਧਮੀਆ ਦੇ ਬਾਰੇ ਜਿਹੜਾ ਸਵਾਲ ਕੀਤਾ, ਲਗਭਗ ਸਾਲ ਤੋਂ ਬਾਅਦ ਮੇਰੇ ਖਿਆਲ 2-3% ਪੇਸ਼ੈਂਟ ਰਹਿੰਦੇ ਨੇ, ਸਾਰੇ ਠੀਕ ਹੋ ਜਾਂਦੇ ਨੇ, ਸਾਰੇ ਠੀਕ ਹੋ ਜਾਂਦੇ। ਹਾਂ, ਉਹ ਵੀ ਹੌਲੀ ਹੌਲੀ ਠੀਕ ਹੋ ਜਾਂਦੇ ਨੇ। ਜਿਹੜੇ ਮਰਨ ਦਾ ਡਰਾਵਾ ਅਤੇ ਜੇ ਉਹ ਦਿੱਤਾ ਹੋਇਆ ਡਾਕਟਰਾਂ ਨੇ, ਅਤੇ ਮਹਿੰਗੀਆਂ ਦਵਾਈਆਂ ਦਿੱਤੀਆਂ ਹੋਈਆਂ ਨੇ ਇਹਨਾਂ ਦੀਆਂ, ਈਵਨ ਤੁਸੀਂ ਹੈਰਾਨ ਹੋਵੋਗੇ
ਜਿਹੜੇ ਬਲੱਡ ਥਿਨਰ ਦੀਆਂ ਦਵਾਈਆਂ ਨੇ ਉਹਦੇ ਕੈਪਸੂਲ ਜਿਹੜੇ ਨੇ 90-90 ਰੁਪਏ ਦਾ ਕੈਪਸੂਲ ਹੈ ਜੀ, ਉਹਦੇ ਮੁਕਾਬਲੇ 'ਚ ਤੁਸੀਂ ਅਰਜਨੀਆਂ ਦੇ ਦਿਓ ਉਹ 90 ਪੈਸੇ ਦਾ ਜੀ 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 ਉਹਦੀ ਉਹਦੀ ਹਾਰਟ ਮਸਲ ਨੂੰ ਤਕੜਾ ਵੀ ਕਰਦਾ, ਉਹ ਕਰੰਟ ਸਰਕਟ ਨੂੰ ਵੀ ਪ੍ਰੋਪਰ ਲੈ ਕੇ ਆਉਂਦਾ, ਉਹ ਐਜ਼ ਇਟ ਇਜ਼ ਉਹ ਟੈਂਪਰੇਰੀ ਕੰਮ ਕਰਦੀਆਂ ਦਵਾਈਆਂ ਜਿਹੜੀਆਂ 90 ਜਿਹੜੀਆਂ ਤੁਸੀਂ ਰੋਜ਼ ਖਾਂਦੇ ਹੋ ਹਾਰਟ ਲਈ 300-400 ਜੀ ਜੀ ਜੀ। ਅਤੇ ਫਿਰ ਡਾਕਟਰ ਸਾਹਿਬ ਕੋਈ ਇੱਦਾਂ ਦਾ ਘਰੇਲੂ ਨੁਸਖਾ ਹੈ ਤੁਹਾਡੇ ਕੋਲ? ਕਈ ਘਰੇਲੂ ਨੁਸਖੇ ਮੈਂ ਦੱਸ ਰਹੇ ਸੀ ਜੀ ਜੀ ਕਿ ਤੁਸੀਂ ਇੱਕ ਅਰਜੁਨੀਆ, ਗੋਰਖ ਮੁੰਡੀ, ਬ੍ਰਹਮ ਡੰਡੀ, ਗੋਖਰੂ, ਪੁਨਰਨੇਵਾ, ਕਿਉਂਕਿ ਜਦੋਂ ਵੀ ਤੁਹਾਡੀ ਦਿਲ ਦੀ ਧੜਕਣ ਵਧਣੀ ਹੈ ਜਾਂ ਬੀ ਪੀ ਸੈੱਟ ਅਪਸੈੱਟ ਹੋਣਾ ਹੈ ਉਹਦੇ ਨਾਲ ਤੁਹਾਡਾ ਵਾਸ਼ਰੂਮ ਦਾ ਕਿਡਨੀ ਦਾ ਚੱਲਣਾ ਫੰਕਸ਼ਨ ਹੋਣਾ ਸਹੀ ਜ਼ਰੂਰੀ ਹੈ। ਇਹ ਜਿਹੜਾ ਗੋਖਰੂ ਪੁਨਰਨੇਵਾ ਵਗੈਰਾ ਹੈਗਾ ਇਹ ਕਿਡਨੀ ਟ੍ਰੀਟਮੈਂਟ ਲਈ ਹੈ, ਲੀਵਰ ਸਹੀ ਫੰਕਸ਼ਨ ਕਰਦਾ, ਫੈਟ ਪੂਰੀ ਤੋੜਦਾ ਅਤੇ ਬੋਡੀ ਦਾ ਜਿਹੜਾ ਕਰੰਟ ਹੈਗਾ ਸਰਕਟ ਸਿਸਟਮ ਜਿਹੜਾ ਹੈਗਾ ਉਹ ਗੋਰਖ ਮੁੰਡੀ, ਬ੍ਰਹਮ ਡੰਡੀ ਅਤੇ ਅਰਜਨ ਉਹ ਠੀਕ ਕਰਦੇ ਨੇ। ਜੇ ਉਹ ਤਿੰਨਾਂ ਦਾ ਠੀਕ ਹੋ ਜਾਂਦਾ ਰਿਦਮ ਤਾਂ ਉਹ ਮਾਇੰਡ ਦੀ ਸਰਕੂਲੇਸ਼ਨ ਨੂੰ ਗੋਰਖ ਮੁੰਡੀ ਅਤੇ ਬ੍ਰਹਮ ਡੰਡੀ ਸਹੀ ਕਰਦੇ ਨੇ, ਮਾਇੰਡ ਨਾਲ ਪੂਰਾ ਰਿਦਮ ਸਹੀ ਹੋ ਜਾਂਦਾ, ਹਾਲ ਠੀਕ ਹੋ ਜਾਂਦਾ। ਬੋਡੀ ਮਾਇੰਡ ਅਤੇ ਸਪਿਰਿਟ ਇਸ ਨੂੰ ਕਹਿੰਦੇ ਨੇ, ਜਦੋਂ ਤਿੰਨਾਂ ਦੀ ਰਿਲੇਸ਼ਨਸ਼ਿਪ ਪੂਰੀ ਹੋ ਗਈ ਰਿਦਮ ਠੀਕ ਹੋ ਜਾਂਦਾ। ਅਤੇ ਡਾਕਟਰ ਸਾਹਿਬ ਕਈ ਵਾਰ ਹੁੰਦਾ ਹੈ ਕਿ ਦਿਲ ਦੇ ਉੱਤੇ ਨਾ ਤਾਂ ਧੜਕਣ ਵਧੀ ਹੁੰਦੀ ਹੈ ਨਾ ਕੋਈ ਐਵੇਂ ਲੱਗਦਾ ਕਿ ਹਾਰਟ ਅਟੈਕ ਆ ਰਿਹਾ, ਦਿਲ ਦੇ ਉੱਤੇ ਕਈ ਵਾਰ ਜਿਵੇਂ ਕੋਈ ਸੂਈ ਨਹੀਂ ਚਬਾਉਂਦਾ, ਸੂਈਆਂ ਚੁੱਭਦੀਆਂ ਨੇ ਜੀ, ਉਹ ਕੀ ਚੀਜ਼ ਹੁੰਦੀ ਹੈ, ਉਹ ਕੀ ਬਿਮਾਰੀ? ਹਾਂ ਉਹ ਨਹੀਂ, ਉਹ ਬਿਮਾਰੀ ਨਹੀਂ ਹੁੰਦੀ ਦਰਅਸਲ, ਉਹ ਕਈ ਵਾਰੀ ਸਾਡੇ ਵਿੱਚ ਅਸੀਂ ਗਰਮ ਚੀਜ਼ਾਂ ਜ਼ਿਆਦਾ ਖਾ ਲੈਣੇ, ਜਿਵੇਂ ਤੁਸੀਂ ਜ਼ਿਆਦਾ ਅਦਰਕ ਦਾ ਪ੍ਰਯੋਗ ਕਰਨ ਲੱਗ ਜਾਓ, ਅਦਰਕ ਦੇ ਪ੍ਰਯੋਗ ਨਾਲ ਸਡਨ ਤੁਹਾਨੂੰ ਬ੍ਰੇਨ ਦੇ ਚੱਕਰ ਵੀ ਆ ਸਕਦੇ ਨੇ, ਮਾਇੰਡ ਦੇ ਬ੍ਰੇਨ ਵੀ ਡਿਸਟਰਬ ਹੋ ਸਕਦਾ, ਤੁਹਾਨੂੰ ਚੱਕਰ ਵੀ ਆ ਸਕਦਾ, ਹਾਰਟ ਦੇ ਵਿੱਚ ਸੂਈਆਂ ਵੀ ਚੁੱਭ ਸਕਦੀਆਂ ਨੇ। ਜਦੋਂ ਤੁਸੀਂ ਕੋਈ ਚੀਜ਼ਾਂ, ਤੁਹਾਡਾ ਹਾਰਟ ਸਹੀ ਹੋਵੇ, ਬੀ ਪੀ ਸਹੀ ਹੋਵੇ, ਗਰਮ ਚੀਜ਼ਾਂ ਦਾ ਇਸਤੇਮਾਲ ਕਰਦੇ ਹੋ, ਸੂਈਆਂ ਦਾ ਚੁੰਮਣ ਦਾ ਮਤਲਬ ਹੀ ਹੁੰਦਾ ਕਿ ਤੁਹਾਡੀ ਬੋਡੀ 'ਚ ਹੀਟ ਐਨਰਜੀ ਵੱਧ ਗਈ, ਉਹਦਾ ਧਿਆਨ ਰੱਖੋ। ਬਾਅਦ ਉਦੋਂ ਕੀ ਕਰਨਾ, ਇੱਕ ਚੀਜ਼ ਦਾ ਹਮੇਸ਼ਾ ਖਿਆਲ ਰੱਖੋ, ਹਾਰਟ ਪੇਸ਼ੈਂਟ ਨੂੰ ਹਾਰਟ ਦੀ ਪ੍ਰੋਬਲਮ ਜ਼ਿਆਦਾ ਆਉਂਦੀ ਹੈ ਜਦੋਂ ਉਹਨੂੰ ਡੀਹਾਈਡਰੇਸ਼ਨ ਹੁੰਦੀ ਹੈ। ਐਕਚੁਅਲੀ ਜਿੰਨੇ ਮੈਂ ਲੋਕਾਂ ਨੂੰ ਨੋਟ ਕਰ ਰਿਹਾ ਜਿਨ੍ਹਾਂ ਨੂੰ ਬੀ ਪੀ ਹੁੰਦਾ ਹੈ, ਬਲੱਡ ਪ੍ਰੈਸ਼ਰ ਵੱਧ ਹੈ, ਹਾਰਟ ਰਿਦਮੀਆ ਹੁੰਦਾ, ਉਹ ਉਹਨਾਂ ਦਿਨਾਂ ਦੇ ਵਿੱਚ ਉਹ ਲੋਕ ਕੰਟੀਨਿਊਸਲੀ ਪਾਣੀ ਘੱਟ ਪੀ ਰਹੇ ਹੁੰਦੇ ਨੇ। ਪਾਣੀ ਜਦੋਂ ਘੱਟ ਪੀਂਦੇ ਹਾਂ ਉਦੋਂ ਸਾਨੂੰ ਡੀਹਾਈਡਰੇਸ਼ਨ ਹੁੰਦੀ ਹੈ, ਕਿਉਂਕਿ ਬਲੱਡ ਦਾ ਜਿਹੜਾ ਸਾਡਾ ਥਿੱਕ ਹੋ ਜਾਂਦਾ, ਕਿਡਨੀ ਦੀ ਵੀ ਪ੍ਰੋਬਲਮ ਆਉਂਦੀ ਹੈ, ਮਾਇੰਡ ਨੂੰ ਵੀ ਸਰਕੂਲੇਸ਼ਨ 'ਚ ਪ੍ਰੋਬਲਮ ਆਉਂਦੀ ਹੈ, ਸਾਰੇ ਕਿਤੇ ਪਾਉਂਦੀ ਹੈ। ਇਸ ਕਰਕੇ ਪਾਣੀ ਜਿਹੜਾ ਘੱਟੋ ਘੱਟ ਕੋਈ ਵੀ ਮਨੁੱਖ ਜ਼ਿੰਦਗੀ ਦੇ ਵਿੱਚ 8-9 ਗਲਾਸ ਪੀਣੇ ਨਾ ਭੁੱਲੇ। ਇੱਕ ਗਲਾਸ ਜਿਹੜਾ 250-200 ਗ੍ਰਾਮ ਦਾ ਹੁੰਦਾ, ਇਹ ਨਾ ਕਿ ਗਲਾਸੀਆਂ ਜਿਹੜੀਆਂ ਡਿਸਪੋਜ਼ੇਬਲ ਚੱਕ ਕੇ ਕਹੇ ਮੈਂ ਨਹੀਂ ਪੀਣਾ, ਅਤੇ ਮੇਰੇ ਕਹਿਣ ਦਾ ਮਤਲਬ ਪਾਣੀ 2-2.5 ਲੀਟਰ ਮਿਨੀਮਮ ਪੀਣਾ ਚਾਹੀਦਾ, 3 ਲੀਟਰ ਤੱਕ ਸਾਨੂੰ ਪਾਣੀ ਪੀਣਾ ਚਾਹੀਦਾ ਜੀ ਜੀ। ਕਈ ਵਾਰ ਡਾਕਟਰ ਸਾਹਿਬ ਪਾਣੀ ਕਹਿੰਦੇ ਨੇ ਵੀ ਇਸ ਤਾਂ ਬਹੁਤ ਪਾਣੀ, ਇਸ ਤਾਂ 5-5 ਲੀਟਰ ਤੱਕ ਪਾਣੀ ਪੀ ਜਾਂਦੇ ਆ ਐਕਸੈਸਿਵ, ਜਦੋਂ ਉਹਨਾਂ ਨੂੰ ਪ੍ਰੋਬਲਮ ਘੱਟ ਆਉਂਦੀ ਹੈ ਜੀ ਕੰਪੈਰੀਟਿਵਲੀ। ਦੇਖੋ ਇੱਦਾਂ ਹੁੰਦਾ, ਕਈ ਐਕਸਟਰਾਆਰਡਨਰੀ ਕੇਸ ਹੁੰਦੇ ਨੇ, ਪਰ ਜਦੋਂ ਆਪਾਂ ਐਨਾਲਿਸਿਸ ਕਰਦੇ ਹਾਂ ਵੀ ਉਹਨਾਂ ਵਿੱਚੋਂ ਕਿੰਨੇ ਬੰਦੇ ਚੰਗੇ ਨੇ ਕਿੰਨੇ ਮਾੜੇ ਨੇ, ਉਦੋਂ ਅਸੀਂ ਰੇਸ਼ੋ ਕੱਢਦੇ ਹਾਂ। ਜਿਹੜੇ ਵੱਧ ਪਾਣੀ ਪੀਣ ਵਾਲੇ ਲੋਕ ਨੇ, ਸਾਫ਼ ਸੁਥਰਾ ਪਾਣੀ ਪੀਣ ਵਾਲੇ ਲੋਕ ਨੇ, ਖਾਸ ਕਰਕੇ ਜਿਹੜੇ ਖਾਸ ਕਰਕੇ ਬੋਤਲਾਂ ਦਾ ਪਾਣੀ, ਆਮ ਬੰਬੀਆਂ ਦਾ, ਨਲਕਿਆਂ ਦਾ, ਉਹਨਾਂ ਨੂੰ ਹਾਰਟ ਦੀ ਪ੍ਰੋਬਲਮ ਆਮ ਲੋਕਾਂ ਦੇ ਕੰਪੈਰੀਟਿਵਲੀ, ਕਿਡਨੀ ਦੀ ਪ੍ਰੋਬਲਮ ਆਮ ਲੋਕਾਂ ਦੇ ਕੰਪੈਰੀਟਿਵਲੀ, ਲੀਵਰ ਦੀ ਪ੍ਰੋਬਲਮ ਆਮ ਲੋਕਾਂ ਦੇ ਕੰਪੈਰੀਟਿਵਲੀ ਘੱਟ ਆਉਂਦੀ ਜੀ ਜੀ ਜੀ। ਅਤੇ ਫਿਰ ਡਾਕਟਰ ਸਾਹਿਬ ਜਿਹੜੀਆਂ ਇਹ ਬਿਮਾਰੀਆਂ ਆਪਾਂ ਨੇ ਡਿਸਕਸ ਕੀਤੀ ਹੈਗੀਆਂ, ਦਿਲ ਦੀਆਂ ਬਿਮਾਰੀਆਂ, ਖਾਸ ਕਰਕੇ ਅਰਿਦਮੀਆਂ ਦੀ ਆਪਾਂ ਜਦੋਂ ਗੱਲ ਕਰਦੇ ਹਾਂ, ਤਾਂ ਡਾਕਟਰ ਇਹ ਕਹਿੰਦੇ ਨੇ ਕਿ ਜਿਹੜਾ ਅਰਿਦਮੀਆਂ ਦਾ ਪੇਸ਼ੈਂਟ ਹੈਗਾ ਉਹ ਹਾਰਟ ਅਟੈਕ ਨੂੰ ਤਾਂ ਕਹਿੰਦੇ ਨੇ ਵੀ ਚੱਲਦਾ ਜੀ, ਸਟੰਟ ਪੈ ਗਿਆ ਹੁਣ ਇਹਦੇ 'ਤੇ, ਚਲੋ ਚੱਲ ਰਿਹਾ, ਹੋਰ ਪਾ ਦਾਂਗੇ ਇੱਕ ਸਟੰਟ, ਹੋਰ ਪਾ ਦਾਂਗੇ ਇੱਕ, ਹੋਰ ਪਾ ਦਾਂਗੇ, ਇਹ ਸਟੰਟ ਖਰਾਬ ਹੋ ਗਿਆ ਤੁਸੀਂ ਹੋਰ ਘੜਾ ਲਓ, ਦੂਸਰਾ ਪਵਾ ਲਓ, ਵਧੀਆ ਵਾਲਾ ਆ ਗਿਆ, ਉਸ ਤੋਂ ਵਧੀਆ ਵਾਲਾ ਆ ਗਿਆ। ਲੇਕਿਨ ਅਰਿਦਮੀਆਂ ਜਿਹੜਾ ਹੈਗੀ ਹੈ ਬਿਮਾਰੀ, ਇਹਦੇ ਵਿੱਚ ਜ਼ਿਆਦਾਤਰ ਡਾਕਟਰ ਕਹਿੰਦੇ ਨੇ ਕਿ ਬਹੁਤਾ ਟਾਈਮ ਸਰਵਾਈਵ ਨਹੀਂ ਕਰਦੇ ਲੋਕ। ਹਾਂਜੀ, ਉਹ ਮੈਂ ਤੁਹਾਨੂੰ ਉਹੀ ਦੱਸਦਾ ਵੀ ਜਦੋਂ ਤੁਸੀਂ ਇਹ ਚੀਜ਼ਾਂ ਦਿਓਗੇ ਘਰੇਲੂ, ਬਾਕੀ ਸਾਡੇ ਕੋਲ ਟ੍ਰੀਟਮੈਂਟ ਹੈ, ਮੈਂ ਜਿੰਨੇ ਬੰਦਿਆਂ ਦਾ ਅੱਜ ਤੱਕ ਟ੍ਰੀਟਮੈਂਟ ਕੀਤਾ, ਮੈਂ ਸਾਲ ਤੋਂ ਇਹ ਕੇਸ ਫੜਨੇ ਸ਼ੁਰੂ ਕੀਤੇ ਨੇ, ਸਾਰੇ ਕਿਉਰ ਹੋ ਗਏ ਨੇ। ਮੈਂ ਆਪਦੇ ਐਕਸਪੀਰੀਅੰਸ 'ਚ ਕਹਿ ਰਿਹਾ ਕਿ ਅਰਿਦਮੀਆ ਦੇ ਪੇਸ਼ੈਂਟ ਦੀ ਡੈਥ ਹੁੰਦੀ ਹੋਈ ਨਹੀਂ, ਮੈਂ ਕਿਤਾਬਾਂ 'ਚੋਂ ਨਹੀਂ ਕਰ ਰਿਹਾ, ਮੈਂ ਡਾਕਟਰ ਵਾਂਗ ਦੂਜੇ ਨੇ ਕਿਤਾਬਾਂ ਪੜ੍ਹ ਕੇ, ਉਹ ਤੁਹਾਡੇ ਨਾਲ ਟੋਕ ਨਹੀਂ ਕਰ ਰਿਹਾ, ਮੈਂ ਆਮ ਪਾਸਿੰਗ ਦਾ ਪਰਸਨਲ ਐਕਸਪੀਰੀਅੰਸ, ਮੈਂ ਆਪਦਾ ਐਕਸਪੀਰੀਅੰਸ ਪਾਸ ਕਰ ਰਿਹਾ ਇਸ ਟੇਬਲ 'ਤੇ ਬੈਠਾ ਸਾਰਾ, ਮੈਂ ਆਪਣੇ ਕਿਤਾਬ ਵੀ ਮੈਂ ਐਕਸਪੀਰੀਅੰਸ 'ਚੋਂ ਲਿਖੀ ਹੈ ਸਾਰੀ, ਇਹ ਜਿੰਨੀਆਂ ਮੇਰੀਆਂ ਹੁਣ 9 ਕਿਤਾਬਾਂ ਹੋਰ ਛਾਪ ਰਹੀਆਂ ਨੇ, 4 ਪਹਿਲਾਂ ਨੇ, ਲਗਭਗ ਮੇਰੀਆਂ ਮਤਲਬ ਹੁਣ 13-14 ਕਿਤਾਬਾਂ ਹੋ ਜਾਣਗੀਆਂ, ਸਾਰੀਆਂ ਮੇਰੀਆਂ ਸੈਲਫ ਅਬਜ਼ਰਵੇਸ਼ਨ ਅਤੇ ਐਕਸਪੀਰੀਅੰਸ ਨੂੰ, ਕਿਸੇ ਰੈਫਰੈਂਸ, ਕਿਸੇ ਗਰੰਟੀ, ਕਿਸੇ ਕਿਤਾਬ ਦੀ, ਕਿਸੇ ਦੇ ਰੈਫਰੈਂਸ 'ਚੋਂ ਮੈਂ ਉਹ ਕਿਤਾਬ ਨਹੀਂ ਲਿਖੀ ਅੱਜ। ਹੁਣ ਤੱਕ ਡਾਕਟਰ ਸਾਹਿਬ ਜੇ ਗੱਲ ਕਰੀਏ ਤੁਹਾਡੀ ਕਿਤਾਬਾਂ ਦੀ, ਬੜੀ ਇੰਟਰਸਟਿੰਗ ਕਿਤਾਬਾਂ ਔਰ ਉਹਨਾਂ ਦਾ ਸਿਰਲੇਖ ਬੜਾ ਇੰਟਰਸਟਿੰਗ ਹੁੰਦਾ, ਕਿੰਨੀਆਂ ਕੁ ਕਿਤਾਬਾਂ ਜਿਹੜੀਆਂ ਹੁਣ ਤੱਕ ਤੁਸੀਂ ਲੋਕ ਅਰਪਣ ਕਹਿ ਰਹੇ ਹੋ? ਲੋਕਾਂ ਨੂੰ 4 ਹੋ ਗਈਆਂ ਜੀ, 9 ਮੇਰੀਆਂ ਹੁਣ ਛਪ ਰਹੀਆਂ ਨੇ, ਅਤੇ ਹੋਰ ਕੁਛ ਮੈਂ ਉੱਪਰ ਲਿਖੀ ਹੈ, ਇੱਕ ਨਵੀਂ ਸਿਹਤ 'ਤੇ ਹੋਰ ਲਿਖੀ ਹੈ, ਉਹ ਕੱਲੀ ਕੰਪਲੀਟ ਹੋਈ ਹੈ, ਉਹ ਮੈਂ ਹੁਣ 3-4 ਮਹੀਨੇ ਤੋਂ ਬਾਅਦ ਛਪਣੀ ਦੇਊਂਗਾ। ਇੱਕ ਪਲਾਂਟਸ ਦੇ ਉੱਤੇ ਲਿਖੀ ਹੈ,
ਉਹ ਹਾਲੇ ਥੋੜ੍ਹੀ ਜਿਹੀ ਅਧੂਰੀ ਹੈ, ਉਹ ਵੀ ਪੂਰੀ ਹੋ ਜਾਣੀ ਹੈ। ਮੈਂ ਕਰਦਾ ਰਹਿਣਾ ਜੀ ਕੰਮ ਬੈਠਾ, ਹੌਲੀ 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 ਕਰਦੇ ਰਹਿਣਾ, ਕਿਉਂਕਿ ਮੈਨੂੰ ਜਿਹੜੇ ਜਿਹੜੇ ਪਲਾਂਟਸ ਚੰਗੇ ਲੱਗਦੇ ਨੇ, ਜਿਨ੍ਹਾਂ ਦੇ ਮੈਂ ਰਿਜ਼ਲਟ ਲਏ ਨੇ, ਮੈਂ ਉਹ ਪਲਾਂਟਸ ਦੀ ਐਂਟਰੀ ਕੀਤੀ ਹੈ। ਉਹ ਇਹ ਨਹੀਂ ਹੈਗਾ ਕਿ ਇਨਸਾਈਕਲੋਪੀਡੀ ਦੇ ਵਿੱਚ ਅਮੈਰੀਕਾ ਦਾ ਪਲਾਂਟਸ ਪਿਆ ਹੈ, ਕਨੇਡਾ ਦਾ ਪਿਆ, ਉਹ ਕਮਲੇ ਵਾਂਗੂ ਸਾਡੇ ਲਿਖੀ ਜਾਂਦੇ ਨੇ। ਅਮੈਰੀਕਾ ਕਨੇਡਾ ਤੋਂ ਨਾ ਪਲਾਂਟਸ ਆਉਣੇ ਨੇ, ਅਸੀਂ ਕਿਤਾਬਾਂ 'ਚ ਦਰਜ ਕਰਕੇ ਕਰਨੇ ਕੀ ਨੇ? ਵੀ ਆਰ ਫੂਲ ਮੇਕਿੰਗ ਦਾ ਫੂਲ, ਲੋਕਾਂ ਨੂੰ ਮੂਰਖ ਸਮਝਦੇ, ਅਸੀਂ ਆਪ ਮੂਰਖ ਹਾਂ। ਸਾਨੂੰ ਉਹੀ ਕੰਮ ਕਰਨੇ ਚਾਹੀਦੇ ਨੇ ਜਿਹੜੇ ਲੋਕਾਂ ਦੀ ਲੋੜ ਹੈ। ਜਿਵੇਂ ਹੁਣ ਅਸੀਂ ਪੜ੍ਹਾਈ ਪੜ੍ਹਦੇ ਹਾਂ, ਐੱਮਏ PhD ਕਰਕੇ ਆ ਗਏ, ਉਹਨੂੰ ਕਹੋ ਘਰੇ ਰੋਟੀ ਨਹੀਂ ਬਣੀ ਆਉਂਦੀ, ਉਹਨੂੰ ਨੌਕਰੀ ਨਾ ਮਿਲੇ ਅਤੇ ਦਿਹਾੜੀ ਵਾਲਾ ਜਿਹੜਾ ਵਰਕਰ ਹੈ ਜਿਹਨੂੰ ਅਨਪੜ੍ਹ ਕਹਿੰਦੇ, ਉਹ ਆਪਦਾ ਕੰਮ ਕਰਕੇ ਪਰੇ ਹੋ ਜਾਊ, ਭੁੱਖਾ ਮਰੂਗਾ। ਸੋ ਸਾਨੂੰ ਉਹੀ ਪੜ੍ਹਾਈ ਪੜ੍ਹਨੀ ਚਾਹੀਦੀ, ਉਹੀ ਕੰਮ ਕਰਨੇ ਚਾਹੀਦੇ ਨੇ ਜਿਹੜੀ ਡੇਲੀ ਲਾਈਫ ਦੇ ਵਿੱਚ ਲੋੜੀਂਦੇ ਨੇ, ਅਤੇ ਜਿਹੜੀ ਜਿਸ ਦੀ ਪ੍ਰੈਕਟਿਸ 'ਚੋਂ ਅਸੀਂ ਆਪਦਾ ਜੀਵਨ ਬਤੀਤ ਕਰ ਸਕੀਏ, ਉਹੀ ਮੈਂ ਕੰਮ ਕਰਦਾ। ਜੀ ਜੀ, ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਸਾਰੀ ਗੱਲਬਾਤ ਲਈ ਬੜੀ ਜਾਣਕਾਰੀ ਭਰਪੂਰ ਤੁਸੀਂ ਜਿਹੜੀ ਇਹ ਗੱਲਬਾਤ ਰਹੀ ਹੈ ਆਪਣੇ, ਅਸੀਂ ਕੋਸ਼ਿਸ਼ ਕਰਾਂਗੇ ਹੋਰ ਵੀ ਇੱਦਾਂ ਦੇ ਜਿਹੜੇ ਵਿਸ਼ੇ ਨੇ ਤੁਹਾਡੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਡਿਸਕਸ ਕਰੀਏ। ਫਿਲਹਾਲ ਵੈਲਕਮ ਜੀ, ਵੈਲਕਮ, ਯੂ ਆਰ ਮੋਸਟ ਵੈਲਕਮ, ਮੈਨੂੰ ਚੰਗਾ ਲੱਗੂਗਾ, ਅਤੇ ਕਿਉਂਕਿ ਇਹ ਸਾਰਾ ਕੁਝ ਇਹ ਸਮਾਜ ਸਾਡਾ, ਇਹ ਧਰਤੀ ਮਾਤਾ ਸਾਡੀ ਹੈ, ਇਹ ਸੰਸਾਰ ਸਾਡਾ, ਇੰਡੀਆ ਨਹੀਂ, ਪੰਜਾਬ ਨਹੀਂ, ਸੰਸਾਰ ਸਾਡਾ। ਇਹ ਪੰਜਾਬ ਇੰਡੀਆ ਤਾਂ ਲੀਡਰਾਂ ਦੇ ਨੇ ਜਾਂ ਰੂਲਰਾਂ ਦੇ ਨੇ, ਪਰ ਮਨੁੱਖ ਦਾ ਸਾਰੀ ਸ੍ਰਿਸ਼ਟੀ ਹੈ। ਬਾਬਾ ਨਾਨਕ ਕਹਿੰਦਾ ਗਗਨ ਮੇਂ ਥਾਰ ਰੱਬ ਚੰਦ ਦੀਪ ਕਮੋਤੀ, ਉਹ ਤਾਂ ਗਗਨ ਨੂੰ ਥਾਲ ਦੱਸਦਾ। ਅਸੀਂ ਵੀ ਇੰਨਾ ਕੁ ਪੰਜਾਬ ਦੇ ਵਿੱਚ ਕਹਿੰਦੇ ਵੀ ਸਾਡਾ ਧਰਮ ਇੰਨਾ ਕੈਡ, ਸਾਡੇ ਸਾਡੇ ਇਹ ਸਾਰਾ ਕੁਛ। ਮੈਂ ਰਿਚੁਅਲ ਦੇ ਵਿੱਚ ਅਤੇ ਇਹਨਾਂ ਚੀਜ਼ਾਂ ਦੀ ਗੱਲ ਨਹੀਂ ਕਰਦਾ, ਮੈਂ ਗੱਲ ਕਰ ਰਿਹਾ ਕਿ ਸੰਸਾਰ ਦੇ ਲੋਕ ਸਾਡੇ ਨੇ, ਸੰਸਾਰ ਦੇ ਵਿੱਚ ਜਿੱਥੇ ਵੀ ਕਿਤੇ ਤਕਲੀਫ ਹੈ ਉਹ ਮਨੁੱਖ ਦੀ ਤਕਲੀਫ ਹੈ, ਅਤੇ ਮਨੁੱਖ ਨੂੰ ਮਨੁੱਖ ਹੀ ਉਹਨੂੰ ਹਰ ਸਕਦਾ, ਉਹੀ ਠੀਕ ਕਰ ਸਕਦਾ, ਕਿਉਂਕਿ ਪਰਮਾਤਮਾ ਬੇਸਿਕਲੀ ਮਨੁੱਖ ਨੇ ਹੀ ਬਣਾ ਕੇ ਭੇਜਿਆ, ਨਾ ਮਨੁੱਖ ਨੂੰ ਹੀ ਬਣਾ ਕੇ ਭੇਜਿਆ, ਅਤੇ ਮਨੁੱਖ ਪਰਮਾਤਮਾ ਦਾ ਹੀ ਰੂਪ ਹੈ, ਉਹ ਛੋਟੀ ਇਕਾਈ ਹੈ ਕੋਸਮੋਸ ਦੀ। ਇਸ ਕਰਕੇ ਰੱਬ ਕਿਤੋਂ ਲੱਭਣ ਦੀ ਲੋੜ ਨਹੀਂ, ਰੱਬ ਤੁਸੀਂ ਆਪ ਹੋ, ਤੁਸੀਂ ਬਿਹੇਵ ਕੀ ਕਰ ਰਹੇ ਹੋ, ਜਾਂ ਤੁਹਾਡਾ ਰੱਬ ਹੈ ਪ੍ਰੈਕਟਿਸ। ਜੀ ਜੀ ਜੀ, ਬਹੁਤ ਠੀਕ ਹੈ ਜੀ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਸੋ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਥੈਂਕ ਯੂ। ਸੋ ਇਹ ਸਨ ਵਿਸ਼ਵ ਪ੍ਰਸਿੱਧ ਜਿਹੜੀ ਸ਼ਖਸੀਅਤ ਡਾਕਟਰ ਜੋਗਿੰਦਰ ਟਾਈਗਰ, ਜਿਹੜੇ ਕਿ ਭਾਰਤੀ ਚਿਕਿਤਸਾ ਪ੍ਰਣਾਲੀ ਦੇ ਜ਼ਰੀਏ, ਦੇਸੀ ਜਿਹੜੇ ਇਲਾਜ ਦੇ ਜ਼ਰੀਏ ਲੋਕਾਂ ਦਾ ਬਿਮਾਰੀਆਂ ਨੇ, ਲੋਕਾਂ ਦੇ ਜਿਹੜੇ ਦੁੱਖ ਦਰਦ ਨੇ ਉਹ ਵੰਡਾਉਂਦੇ ਨੇ, ਇੱਥੇ ਫਨ ਬਿੱਲਾ ਪਟਿਆਲਾ ਦੇ ਵਿੱਚ ਇੱਥੇ ਇਲਾਜ ਕਰਦੇ ਨੇ। ਔਰ ਅਸੀਂ ਇਸੇ ਗੱਲਬਾਤ ਦੇ ਜ਼ਰੀਏ ਤੁਹਾਡੀ ਕੋਸ਼ਿਸ਼ ਕਰਾਂਗੇ, ਹਰ ਵਾਰ ਇੱਕ ਨਵੀਂ ਵਿਸ਼ੇ ਦੇ ਉੱਤੇ, ਇੱਕ ਨਵੇਂ ਮੁੱਦੇ ਦੇ ਉੱਤੇ ਤੁਹਾਡੇ ਨਾਲ ਗੱਲਬਾਤ ਕਰਾਈਏ, ਔਰ ਕੋਸ਼ਿਸ਼ ਕਰੀਏ ਕਿ ਅਸੀਂ ਸਿਹਤਮੰਦ ਜਿਹੜੀ ਜ਼ਿੰਦਗੀ ਹੈ ਆਮ ਲੋਕਾਂ ਨੂੰ, ਆਮ ਦਰਸ਼ਕਾਂ ਨੂੰ, ਇਹਨਾਂ ਦੇ ਡਾਕਟਰ ਜੋਗਿੰਦਰ ਟਾਈਗਰ ਦੇ ਤਜਰਬੇ ਤੋਂ ਦੇ ਸਕੀਏ।